ਸਵਾਗਤ ਹੈ ਦੋਸਤੋ ਇੱਕ ਵਾਰ ਫਿਰ ਤੋਂ ਤੁਹਾਡਾ ਸਾਡੇ ਯੂਟਿਊਬ ਚੈਨਲ ਜੋਬਸ ਜੀ ਕੀ ਗੁਰੀ ਦੀ। ਦੋਸਤੋ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਦੱਸ ਦੇਣਾ ਚਾਹੁੰਦਾ ਜੇਕਰ ਤੁਸੀਂ ਫਸਟ ਟਾਈਮ ਇਸ ਚੈਨਲ 'ਤੇ ਵਿਜ਼ਿਟ ਕਰ ਰਹੇ ਹੋ, ਤੁਸੀਂ ਹਜੇ ਤੱਕ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਵੀਡੀਓ ਦੇ ਨੀਚੇ ਤੁਹਾਨੂੰ ਇੱਕ ਸਬਸਕ੍ਰਾਈਬ ਵਾਲਾ ਬਟਨ ਦਿਖ ਜਾਊਗਾ, ਉਸ ਨੂੰ ਦਬਾ ਦਿਓ ਅਤੇ ਨਾਲ ਹੀ ਉਸਦੇ ਇੱਕ ਘੰਟੀ ਵਾਲਾ ਬਟਨ ਤੁਹਾਨੂੰ ਦਿਖ ਜਾਵੇਗਾ, ਉਸ ਨੂੰ ਵੀ ਦਬਾ ਦਿਓ ਤਾਂ ਕਿ ਜਦੋਂ ਵੀ ਮੈਂ ਕੋਈ ਲਾਈਫ ਦੇ ਵਿੱਚ ਵੀਡੀਓ ਲੈ ਕੇ ਆਵਾਂ ਤਾਂ ਤੁਹਾਨੂੰ ਫ੍ਰੀ ਦੇ ਵਿੱਚ ਉਸਦਾ ਨੋਟੀਫਿਕੇਸ਼ਨ ਮਿਲ ਸਕੇ। ਅਤੇ ਜ਼ਿਆਦਾ ਟਾਈਮ ਵੇਸਟ ਨਾ ਕਰਦੇ ਹੋਏ ਮੈਂ ਤੁਹਾਨੂੰ ਇਸ ਵੀਡੀਓ ਬਾਰੇ ਪੂਰੀ ਜਾਣਕਾਰੀ ਦੇ ਦਿੰਦਾ। ਵੀਡੀਓ ਚੰਗੀ ਲੱਗੇ ਤਾਂ ਇੱਕ ਵਾਰੀ ਇਸ ਨੂੰ ਲਾਈਕ ਕਰ ਦਿਓ ਅਤੇ ਜ਼ਿਆਦਾ ਤੋਂ ਜ਼ਿਆਦਾ ਆਪਣੇ ਫਰੈਂਡਸ ਦੇ ਵਿੱਚ ਸ਼ੇਅਰ ਕਰ ਦਿਓ ਅਤੇ ਕਮੈਂਟ ਕਰਨਾ ਨਾ ਭੁੱਲਿਓ। ਜਿਵੇਂ ਤੁਸੀਂ ਦੇਖ ਰਹੇ ਹੋ ਕੋਈ ਪੰਜਾਬ ਸਟੇਟ ਟੀਚਰ ਐਲੀਜੀਬਿਲਟੀ ਟੈਸਟ ਹੈ ਜਿਹੜਾ 2018 ਦਾ, ਉਹ ਜਿਹੜਾ ਹੋਣ ਵਾਲਾ ਹੈ ਉਹ ਦਸੰਬਰ 15 ਦਸੰਬਰ 2019 ਨੂੰ ਹੋਣ ਵਾਲਾ ਹੈ। ਉਸ ਦੇ ਰਿਗਾਰਡਿੰਗ ਪੂਰੀ ਜਾਣਕਾਰੀ ਮੈਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਦੇ ਦਿੰਦਾ ਹੈ। ਕੀ ਫੀਸ ਹੈ, ਕਦੋਂ ਤੋਂ ਫੋਰਮ ਸਟਾਰਟ ਨੇ ਅਤੇ ਲਾਸਟ ਡੇਟ ਕਿੰਨੀ ਹੈ, ਕਰੈਕਸ਼ਨ ਦੀ ਡੇਟ ਕਿੰਨੀ ਹੈ, ਸਾਰੀ ਜਾਣਕਾਰੀ ਇਸ ਵੀਡੀਓ ਵਿੱਚ ਮਿਲਣ ਵਾਲੀ ਹੈ ਤੁਹਾਨੂੰ। ਅਤੇ ਵੀਡੀਓ ਨੂੰ ਲਾਸਟ ਤੱਕ ਅਤੇ ਸ਼ੇਅਰ ਕਰਨਾ ਨਾ ਭੁੱਲਿਓ। ਜਿਵੇਂ ਤੁਸੀਂ ਦੇਖ ਰਹੇ ਹੋ ਕਿ ਲੌਗਇਨ ਰਜਿਸਟ੍ਰੇਸ਼ਨ ਜਿਹੜੀ ਡੇਟ ਹੈ ਉਹ 3 ਨਵੰਬਰ 2019 ਤੋਂ ਸਟਾਰਟ ਹੋਣ ਵਾਲੀ ਹੈ। ਪੂਰੀ ਜਾਣਕਾਰੀ ਤੁਹਾਨੂੰ ਮਿਲਣ ਵਾਲੀ ਹੈ ਜਿਵੇਂ ਕਿ ਤੁਸੀਂ ਨਿਊਜ਼ ਅਤੇ ਈਵੈਂਟ ਦੇ ਵਿੱਚ ਦੇਖ ਰਹੇ ਹੋ। ਇਸ ਦੇ ਵਿੱਚ ਮੈਂ ਤੁਹਾਨੂੰ ਦਿਖਾ ਦਿੰਦਾ ਹੈ ਜਿਵੇਂ ਤੁਸੀਂ ਦੇਖ ਕੈਂਡੀਡੇਟ ਐਡਵਾਈਸ ਟੂ ਡਾਊਨਲਾਈਨ ਫੋਰ ਰੀਡ ਕੇਅਰਫੁਲੀ ਇਸ ਦੇ ਵਿੱਚ, ਅਤੇ ਸਟੈਪ ਟੂ ਸਟੈਪ ਤੁਸੀਂ ਇਸਨੂੰ ਮਤਲਬ ਪੜ੍ਹਨਾ ਹੈ ਅਤੇ ਉਸ ਤੋਂ ਬਾਅਦ ਤੁਹਾਨੂੰ ਇਸ ਦੇ ਵਿੱਚ ਪੂਰੀ ਜਾਣਕਾਰੀ ਮਿਲਣ ਵਾਲੀ ਹੈ। ਓਫਿਸ਼ਲੀ ਵੈਬਸਾਈਟ ਹੈ ਪੀਐਸਟੈਟ ਵਾਲਿਆਂ ਦੀ ਜਿੱਥੇ ਤੁਸੀਂ ਜਾ ਕੇ ਫੋਰਮਸ ਫਿਲ ਕਰਨੇ ਨੇ। ਇਸ ਤੋਂ ਬਾਅਦ ਮੈਂ ਤੁਹਾਨੂੰ ਵੀਡੀਓ ਦੇ ਵਿੱਚ ਇਸ ਦੇ PDF ਲਿੰਕਸ ਦਿਖਾ ਦਿੰਦਾ ਹੈ, ਉਸ ਨੂੰ ਡਾਊਨਲੋਡ ਕਰਕੇ ਵੀ। ਜਿਵੇਂ ਇਸ ਦੇ ਲਈ ਸਭ ਤੋਂ ਪਹਿਲਾਂ ਫੀਸ ਦੀ ਗੱਲ ਕਰ ਲੈਂਦੇ ਹਾਂ। ਫੀਸ ਕੀ ਤੁਸੀਂ ਦੇਖ ਰਹੇ ਹੋ ਕਿ ਇਸ ਦੇ ਵਿੱਚ ਜਿਹੜੀ ਫੀਸ ਹੋਣ ਵਾਲੀ ਹੈ ਜਨਰਲ ਅਤੇ BC ਕੈਂਡੀਡੇਟ ਦੇ ਲਈ ਪੇਪਰ 1 ਦੀ ਜਿਹੜੀ ਫੀਸ ਹੋਣ ਵਾਲੀ ਹੈ ਉਹ ਹੋਣ ਵਾਲੀ ਹੈ 600 ਰੁਪਏ ਜੇਕਰ ਤੁਸੀਂ ਇੱਕ ਪੇਪਰ ਭਰਦੇ ਹੋ। ਫੀਸ ਇਨ ਰੁਪੀਸ ਪੇਪਰ 2, ਜੇ ਤੁਸੀਂ ਪੇਪਰ 2 ਭਰਦੇ ਹੋ ਤਾਂ ਇਸ ਦੇ ਵਿੱਚ 600 ਰੁਪਏ ਫੀਸ ਹੈ, ਚਾਹੇ ਉਹ ਪੇਪਰ 1 ETT ਵਾਲਾ ਹੋਵੇ, ਚਾਹੇ ਉਹ BVET ਵਾਲਾ ਸਿਕਸਥ ਕਲਾਸ ਤੋਂ ਲੈ ਕੇ 8th ਕਲਾਸ ਵਾਲਾ ਹੋਵੇ। ਜੇਕਰ ਤੁਸੀਂ ਦੋਨੋਂ ਪੇਪਰ ਭਰਦੇ ਤਾਂ ਉਸ ਦੇ ਵਿੱਚ ਤੁਹਾਡੀ ਫੀਸ 1200 ਰੁਪਏ ਹੋਣ ਵਾਲੀ ਹੈ। SC ST ਅਤੇ ਫਿਜ਼ੀਕਲੀ ਹੈਂਡੀਕੈਪਸ ਦੇ ਰਹੇ ਨੇ ਪੇਪਰ 1 ਭਰਦੇ ਨੇ ETT ਵਾਲਾ ਤਾਂ ਉਸਦੇ ਫੀਸ 'ਚ ਫੀਸ 300 ਰੁਪਏ ਹੈ, ਅਤੇ ਜੇਕਰ ਪੇਪਰ 2 ਭਰਦੇ ਨੇ ਤਾਂ ਉਸਦੇ ਵਿੱਚ ਫੀਸ 300 ਰੁਪਏ ਹੈ, ਜੇਕਰ ਦੋਨੋਂ ਪੇਪਰ ਭਰਦੇ ਨੇ ਤਾਂ 600 ਰੁਪਏ ਫੀਸ ਹੈ। ਐਕਸ ਸਰਵਿਸਮੈਨ ਸੈਲਫ ਓਨਲੀ, ਮਤਲਬ ਉਹਨਾਂ ਦੇ ਲਈ ਕੋਈ ਵੀ ਫੀਸ ਨਹੀਂ ਹੈ। ਐਕਸ ਸਰਵਿਸਮੈਨ ਮਤਲਬ ਜੇ ਉਹ ਖੁਦ ਇਸ ਪੋਸਟ ਨੂੰ ਫਿਲ ਕਰਦੇ ਨੇ ਤਾਂ ਉਹਨਾਂ ਦੇ ਲਈ ਫੀਸ ਕੋਈ ਵੀ ਨਹੀਂ ਹੈ। ਇਸ ਤੋਂ ਬਾਅਦ ਦੂਸਰੀ ਗੱਲ ਕਰ ਲੈਂਦੇ ਹਾਂ ਕੀ ਡੇਟਸ ਦੀ, ਕੀ ਡੇਟਸ ਹੋਣ ਵਾਲੀਆਂ ਨੇ ਇਸ ਦੇ ਵਿੱਚ ਵੀ ਮੈਂ ਤੁਹਾਨੂੰ ਦਿਖਾ ਦਿੰਦਾ ਡਾਊਨਲੋਡ ਕਰਕੇ PDF ਫਾਈਲ। ਸਭ ਤੋਂ ਪਹਿਲਾਂ ਜਿਵੇਂ ਤੁਸੀਂ ਦੇਖ ਲਿਓ ਕਿ ਜਿਹੜੇ ਔਨਲਾਈਨ ਰਜਿਸਟ੍ਰੇਸ਼ਨ PSTET ਦੀ ਸਟਾਰਟ ਹੋਣ ਵਾਲੀ ਉਹ 3/11/2019 ਤੋਂ ਸਟਾਰਟ ਹੋ ਕੇ ਐਂਡ ਡੇਟ ਜਿਹੜੀ ਹੈ ਉਸਦੀ 25/11/2019 ਹੋਣ ਵਾਲੀ ਹੈ, ਅਤੇ ਕਰੈਕਸ਼ਨ ਦੇ ਲਈ ਜਿਹੜੇ ਫੋਰਮਸ ਨੇ ਉਹ 26/11/2019 ਤੋਂ ਲੈ ਕੇ 28/11/2019 ਤੱਕ ਹੋਣ ਵਾਲੀ ਹੈ। ਜਿਹੜੇ ਐਡਮਿਟਸ ਕਾਰਡ ਨੇ ਤੁਹਾਨੂੰ 9/12/2019 ਨੂੰ ਮਿਲ ਜਾਣਗੇ, ਅਤੇ ਇਗਜ਼ਾਮ ਡੇਟ ਜਿਹੜਾ ਤੁਹਾਡਾ ਹੋਣ ਵਾਲਾ ਹੈ 15/12/2019 ਨੂੰ ਹੋਣ ਵਾਲਾ ਹੈ। ਦੋਸਤੋ ਸਭ ਤੋਂ ਪਹਿਲਾਂ ਤੁਹਾਨੂੰ ਜੋਬਸ ਜੀਕੇ ਗੁਰੀ ਚੈਨਲ ਦੇ ਉੱਪਰ ਹੀ ਇਸ ਦੇ ਰਿਗਾਰਡਿੰਗ ਨਿਊਜ਼ ਦਿਖਾਈ ਜਾ ਰਹੀ ਹੈ ਕਿ ਫੋਰਮਸ ਕਦੋਂ ਸਟਾਰਟ ਹੋਣ ਵਾਲੇ ਨੇ, ਅਤੇ ਇਸ ਤੋਂ ਬਾਅਦ ਜਿਹੜਾ ਕਿ ਐਡਵਰਟਾਈਜ਼ਮੈਂਟ ਹੈ ਉਹ ਤੁਹਾਨੂੰ ਦਿਖਾ ਦਿੰਦਾ ਹੈ। ਜਿਹੜੀ ਐਡਵਰਟਾਈਜ਼ਮੈਂਟ ਆਈ ਸੀ ਉਹ ਵੀ ਮੈਂ ਤੁਹਾਨੂੰ ਦਿਖਾ ਦਿੰਦਾ ਹੈ। ਇਹ ਜਿਹੜੀ ਤੁਸੀਂ ਦੇਖ ਰਹੇ ਹੋ ਜਿਹੜੀ ਐਡਵਰਟਾਈਜ਼ਮੈਂਟ ਆਈ ਸੀ ਕਿ ਪੰਜਾਬ ਬੋਰਡ ਦੀ SCERT ਵੱਲੋਂ ਕਿ ਕਦੋਂ ਤੋਂ ਟੈਟ ਹੋਣ ਵਾਲਾ ਹੈ, ਉਸ ਦੇ ਰਿਗਾਰਡਿੰਗ ਨਿਊਜ਼ ਪੇਪਰ ਦੀ ਇਹ ਕਟਿੰਗ ਹੈ, ਅਤੇ ਉਹ ਵੀ ਮੈਂ ਤੁਹਾਨੂੰ ਦਿਖਾ ਦਿੱਤੀ ਹੈ। ਇਸ ਤੋਂ ਬਾਅਦ ਐਡਵਰਟਾਈਜ਼ਮੈਂਟ ਤੋਂ ਬਾਅਦ ਮੈਂ ਤੁਹਾਨੂੰ ਦਿਖਾ ਦਿੰਦਾ ਡਾਊਨਲੋਡ ਕਰਕੇ ਇਸ ਦਾ ਸਿਲੇਬਸ ਕੀ ਹੋਣ ਵਾਲਾ ਹੈ। ਇਹ ਤੁਸੀਂ ਦੇਖ ਰਹੇ ਹੋ ਕਿ ਜਿਹੜਾ ਸਿਲੇਬਸ ਹੈ ਇਸ ਦੇ ਰਿਗਾਰਡਿੰਗ ਵੀਡੀਓ ਦੇ ਨੀਚੇ ਡਿਸਕ੍ਰਿਪਸ਼ਨ ਦੇ ਵਿੱਚ ਸਾਰੇ ਲਿੰਕਸ ਮੈਂ ਤੁਹਾਨੂੰ ਪ੍ਰੋਵਾਈਡ ਕਰ ਦੂੰਗਾ। ਪੇਪਰ ਜਿਹੜਾ 1 ਤੋਂ 5 ਤੱਕ ਦੇ ਲਈ ਕੀ ਸਿਲੇਬਸ ਹੈ, ਪੇਪਰ 2, 4, 6 ਤੋਂ 8 ਦੇ ਲਈ ਕੀ ਸਿਲੇਬਸ ਹੈ, ਸਾਰਾ ਕੁਝ ਇਸ ਦੇ ਵਿੱਚ ਤੁਹਾਨੂੰ ਮੈਂ ਦਿਖਾ ਦਿੰਦਾ। ਸਾਰਾ ਕੁਝ ਦਿੱਤਾ ਹੋਇਆ ਕਿ ਕਿਸ ਕਿਸ ਲੈਂਗੁਏਜ ਦੇ ਕਿੰਨੇ ਕਿੰਨੇ ਕੁਐਸਚਨਸ ਆਉਣ ਵਾਲੇ ਨੇ, ਇਸ ਦੇ ਰਿਗਾਰਡਿੰਗ ਮੈਂ ਇੱਕ ਅਲੱਗ ਤੋਂ ਵੀਡੀਓ ਬਣਾ ਕੇ ਤੁਹਾਨੂੰ ਦਿਖਾ ਦੇਵਾਂਗਾ, ਅਤੇ ਸਾਰਾ ਸਿਲੇਬਸ ਵੀ ਮੈਂ ਤੁਹਾਨੂੰ ਸਮਝਾ ਦੇਵਾਂਗਾ ਕਿ ਕਿੱਥੋਂ ਸਿਲੇਬਸ ਪੜ੍ਹਨਾ ਹੈ ਜਾਂ ਕਿੱਦਾਂ ਪੜ੍ਹਨਾ ਹੈ। ਸਾਰਾ ਸਿਲੇਬਸ ਇਸ ਦੇ ਵਿੱਚ ਦਿੱਤਾ ਹੋਇਆ ਹੈ। ਅਤੇ ਇਸ ਤੋਂ ਬਾਅਦ ਐਡਵਰਟਾਈਜ਼ਮੈਂਟ ਮੈਂ ਤੁਹਾਨੂੰ ਪਹਿਲਾਂ ਹੀ ਦਿਖਾ ਚੁੱਕਿਆ, ਐਲੀਜੀਬਿਲਟੀ ਕ੍ਰਾਈਟੇਰੀਆ ਕੀ ਹੋਣ ਵਾਲਾ ਹੈ ਉਸ ਦੇ ਰਿਗਾਰਡਿੰਗ ਮੈਂ ਤੁਹਾਨੂੰ ਦਿਖਾ ਦਿੰਦਾ। ਇਹ ਤੁਸੀਂ ਦੇਖ ਰਹੇ ਹੋ ਕਿ ਨੈਸ਼ਨਲ ਕੌਂਸਲ ਟੀਚਰ ਐਜੂਕੇਸ਼ਨ ਦੀ ਤਰਫ ਤੋਂ ਇਹ ਨੋਟੀਫਿਕੇਸ਼ਨ ਹੈ। ਇਸ ਦੇ ਵਿੱਚ ਐਲੀਜੀਬਿਲਟੀ ਕ੍ਰਾਈਟੇਰੀਆ ਤੁਹਾਨੂੰ ਪਹਿਲਾਂ ਹੀ ਪਤਾ ਹੈ ਕਿ ਕਿਸ ਦੇ ਲਈ ਕੌਣ ਕਿਹੜੀ ਕੁਆਲੀਫਿਕੇਸ਼ਨ ਤੁਹਾਡੇ ਕੋਲ ਹੋਣੀ ਚਾਹੀਦੀ ਹੈ, ਤੁਸੀਂ ਉਹ ਦੇ ਬਾਰੇ ਪਤਾ ਹੀ ਹੈ ਤੁਹਾਨੂੰ, ਟੈਟ ਤੁਹਾਡਾ ਕਲੀਅਰ ਹੋਣਾ, ਇਸ ਦੇ ਵਿੱਚ ਤੁਹਾਡੀ ETT ਅਤੇ BEd ਪਾਸ ਕੀਤੀ ਹੋਣੀ ਚਾਹੀਦੀ ਹੈ। ਲਾਸਟ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਸਾਰੇ ਕੁਐਸਚਨਸ ਜਿਹੜੇ ਤੁਹਾਡੇ ਡਾਊਟਸ ਨੇ ਉਹ ਕਲੀਅਰ ਕਰ ਦਿੱਤੇ ਸੀ ਕਿ ਕੀ ਐਲੀਜੀਬਿਲਟੀ ਹੈ ਅਤੇ ਕੌਣ ਕੌਣ ਇਸ ਨੂੰ ਭਰ ਸਕਦਾ ਹੈ। ਉਹ ਵੀਡੀਓ ਦਾ ਲਿੰਕ ਵੀ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਮਿਲ ਜਾਊਗਾ। ਜੇ ਮੈਂ ਇਹ ਵੀਡੀਓ ਜ਼ਿਆਦਾ
ਤੁਹਾਨੂੰ ਦੱਸਣ ਲੱਗ ਗਿਆ ਤਾਂ ਵੀਡੀਓ ਬਹੁਤ ਜ਼ਿਆਦਾ ਲੰਬੀ ਹੋ ਜਾਵੇਗੀ। ਇਸ ਦੇ ਰਿਗਾਰਡਿੰਗ ਆਪਣੀਆਂ ਹੁਣ ਤਿਆਰੀ ਕਰਨੀ ਸ਼ੁਰੂ ਕਰ ਦਿਓ। ਪੀ ਐਸ ਟੈਟ ਦੇ ਲਈ ਬਹੁਤ ਜ਼ਿਆਦਾ ਚੈਨਲਸ ਨੇ ਯੂਟਿਊਬ ਦੇ ਉੱਪਰ ਵੀ ਤੁਹਾਨੂੰ ਮਿਲ ਜਾਣਗੇ ਜਿੱਥੇ ਤੁਸੀਂ ਇਸ ਦੀ ਤਿਆਰੀ ਕਰ ਸਕਦੇ ਹੋ। ਦੋਸਤੋ ਵੀਡੀਓ ਅਤੇ ਜਾਣਕਾਰੀ ਚੰਗੀ ਲੱਗੀ ਹੋਵੇ ਤਾਂ ਜ਼ਿਆਦਾ ਤੋਂ ਜ਼ਿਆਦਾ ਇਸ ਵੀਡੀਓ ਨੂੰ ਸ਼ੇਅਰ ਕਰ ਦਿਓ ਅਤੇ ਆਪਣੇ ਫਰੈਂਡਸ ਨੂੰ ਇਸ ਦੇ ਬਾਰੇ ਨਿਊਜ਼ ਦੇ ਦਿਓ। ਥੈਂਕ ਯੂ ਫਰੈਂਡਸ, ਥੈਂਕ ਯੂ ਫੋਰ ਵਾਚਿੰਗ ਜੋਬਸ ਜੀਕੇ ਜੂਰੀ ਚੈਨਲ, ਅਤੇ ਆਪਣੇ ਕਮੈਂਟ ਕਰਨ ਦਾ ਨਾ ਭੁੱਲਿਓ।